ਆਇਆ ਯੂਥ ਸਾਰੇ ਧਰਮਾਂ ਤੋਂ ਉੱਪਰ ਹੈ, ਇਨਸਾਨੀਅਤ ਦਾ ਧਰਮ। ਇਹ ਮੁੰਡਿਆਂ ਨੇ ਐਗਜ਼ਾਮਪਲ ਸੈੱਟ ਕਰਤੀ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਨੂੰ ਕਰਨਾ ਤਾਂ ਐਪਰੀਸ਼ੀਏਟ ਕਰਨਾ। ਮੇਰੇ ਕੋਲ ਤੁਹਾਨੂੰ ਦੇਣ ਲਈ ਕੋਈ ਅਵਾਰਡ ਤਾਂ ਨਹੀਂ ਹੈਗਾ ਕਿ ਸਾਨੂੰ ਘੁੰਮਣ ਦਾ ਨਹੀਂ ਮੌਕਾ ਲੱਗਦਾ ਅਤੇ ਤੁਸੀਂ ਪਤੰਦਰੋਂ ਘੁੰਮਣ ਦਾ ਪਲਾਨ ਕੈਂਸਲ ਕਰ। ਇਹ ਪਰਚੀ ਕਿੱਥੇ ਕੱਢੀ? ਉਮਰ ਕਿੰਨੀ ਤੇਰੀ? 18। ਜਿਹੜੀ ਸ਼ੇਅਰ ਕਰਨ ਵਾਲੀ ਚੀਜ਼ ਹੁੰਦੀ ਨਾ ਉਹ ਕਰਿਆ ਕਰੋ, ਐਵੇਂ ਨਮੂਨੇ 'ਚ ਰਾਤੋਂ ਰਾਤ ਚੱਕ ਕੇ ਫੇਮਸ ਕਰਕੇ ਹੀਰੋ ਬਣਾ ਦਿੰਦੇ ਹੋ। ਆਹ ਨੇ ਅਸਲੀ ਹੀਰੋ। 18 ਸਾਲ ਦੀ ਉਮਰ ਹੈ ਮੁੰਡੇ ਦੀ, ਨਾਮ ਹੈ ਰਾਜ, ਫਿਲਮੀ ਨਾਮ ਤੋਂ ਸੁਣਾ ਹੀ ਹੋਗਾ। ਇਹ ਬਾਈ ਜੀ ਦੱਸੋ, ਤੁਸੀਂ ਦੱਸੋ ਕਿਉਂ ਆਏ ਹੋ ਇੱਥੇ, ਕੀ ਕਰਦੇ ਹੋ ਤੁਸੀਂ ਆਪਣੇ ਮੂੰਹੋਂ ਦੱਸੋ। ਪਹਿਲੇ ਪਲੈਨਿੰਗ ਬਣਾ ਤੇ ਕਿ ਟ੍ਰਿਪ ਜਾਣਗੇ। ਅੱਛਾ, ਤੁਹਾਡਾ ਤੁਸੀਂ ਕੀ ਪੜ੍ਹਦੇ ਹੋ? ਕਿਹੜੀ ਕਲਾਸ? +1 ਆਰਟਸ। SGD ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਟੰਡਾਰੀ ਕਲਾਸ। ਕੀ ਗੱਲਬਾਤ ਹੋਈ ਤੁਹਾਡੀ? ਹਮ ਲੋਕ ਸਭ ਪਲੈਨ ਬਣਾ ਰਹੇ ਕਿ ਕਹੀਂ ਘੁੰਮਣੇ ਜਾਏਂਗੇ, ਤਾਂ ਫਿਰ ਮੈਂ ਸੋਚੇ ਕਿ ਘੁੰਮਣੇ ਤਾਂ ਹਰ ਵਾਰ ਜਾਤੇ ਹੀ ਹੈ, ਇਸ ਵਾਰ ਸੇਵਾ ਹੀ ਕਰ ਲੈਤੇ ਹੈਂ। ਗਰਮੀ ਮੇਂ ਵੀ ਗਏ ਥੇ, ਘੁੰਮ ਕੇ ਆਏ ਥੇ, ਇਸ ਵਾਰ ਇਹ ਡੋਨੇਸ਼ਨ ਇਕੱਠੇ ਕਰਕੇ ਅਨਮੋਲ ਵੀਰੇ ਕੇ ਪਾਸ ਜਾ ਕੇ ਸੇਵਾ ਕੁਛ ਕਰਕੇ ਆਤੇ ਹੈਂ। ਆਇਆ ਯੂਥ, ਮੈਨੂੰ ਦੱਸਿਆ ਕਿ ਸਾਨੂੰ ਘੁੰਮਣ ਦਾ ਨਹੀਂ ਮੌਕਾ ਲੱਗਦਾ ਅਤੇ ਤੁਸੀਂ ਪਤੰਦਰੋਂ ਘੁੰਮਣ ਦਾ ਪਲੈਨ ਕੈਂਸਲ ਕਰਤਾ। ਯਾਰ ਡੈਡੀਕੇਸ਼ਨ ਹੈ ਯਾਰ ਮੁੰਡਿਆਂ ਦੀ। ਯਾਰ ਦੇਖੋ, 18 ਸਾਲ ਉਮਰ ਹੈ, ਆਹ 100-100 ਰੁਪਏ 50-50 ਰੁਪਏ ਇਕੱਠੇ ਕੀਤੇ ਮੁੰਡਿਆਂ ਨੇ। ਦੇਖੋ ਆਹ ਸਾਰਿਆਂ ਦੇ ਨਾਮ ਨੇ ਜਿਨ੍ਹਾਂ ਜਿਨ੍ਹਾਂ ਦੀ ਸੇਵਾ। ਇਹ ਦੋ ਮੁੰਡੇ ਅੱਜ ਦੇਖੋ, ਇੱਕ ਉਹ ਵੀ ਉਪਰਾਲਾ, ਉਹ ਕੀ ਉਪਰਾਲਾ ਤੁਹਾਡਾ, ਉਹ ਕਿੱਦਾਂ ਕੀਤਾ, ਕਿਹਦੇ ਦਿਮਾਗ 'ਚ ਆਈਡੀਆ ਆਇਆ? ਉਹ ਤਾਂ ਸਾਰੇ ਜਿੱਦਾਂ ਬੈਠੇ ਸੀ, ਮੈਡਮ ਨੂੰ ਵੀ ਦੱਸਿਆ, ਮੈਡਮ ਨੇ ਕਿਹਾ ਕਿ ਸਾਡੇ ਘਰੇ ਵੇਸਟ ਚੀਜ਼ਾਂ ਪਈਆਂ ਨੇ ਜਿਹੜੇ ਯੂਜ ਹੋ ਜਾਵੇਗੀ ਕਿਸੇ ਦੀ, ਤਾਂ ਫਿਰ ਮੈਡਮ ਨੇ ਕਿਹਾ ਲੈ ਜਾਓ। ਫਿਰ ਇਕੱਠਾ ਕੀਤੇ ਆ ਸ਼ੁੱਕਰਵਾਰ ਤੋਂ ਲੈ ਕੇ ਮੰਗਲਵਾਰ ਤੱਕ। ਮੈਂ ਤਾਂ ਫਿਲਮਾਂ 'ਚ ਸੁਣਿਆ ਸੀਗਾ ਕਿ ਜਿਹੜੀ ਜ਼ਿੰਦਗੀ ਤੁਸੀਂ ਜੀਣਾ ਚਾਹੁੰਦੇ ਹੋ ਨਾ, ਉਹ ਲੱਖਾਂ ਦੀ ਡਰੀਮ ਹੈ, ਅਤੇ ਜਿਹੜੀਆਂ ਚੀਜ਼ਾਂ ਅੱਜ ਤੁਹਾਡੇ ਘਰੇ ਫਾਲਤੂ ਪਈਆਂ ਉਹ ਕਿਸੇ ਦੀ ਬਹੁਤ ਅਨਮੋਲ ਚੀਜ਼ਾਂ ਬਣ ਸਕਦੀਆਂ ਨੇ। ਇਹ ਮੁੰਡਿਆਂ ਨੇ ਐਗਜ਼ਾਮਪਲ ਸੈੱਟ ਕਰਤੀ, ਆਟੋ ਭਰ ਕੇ ਲਿਆਏ ਨੇ ਪੂਰਾ ਕੰਬਲਾਂ ਦਾ, ਰਜਾਈਆਂ ਦਾ। ਔਰ ਸਾਡੇ ਇੱਥੇ ਮਰੀਜ਼ਾਂ ਨੂੰ, ਜਿਨ੍ਹਾਂ ਨੂੰ ਰਜਾਈਆਂ ਕੰਬਲਾਂ ਦੀ ਲੋੜ ਸੀ, ਸਭ ਨੂੰ ਰਜਾ ਤਾ ਇਹ ਲੋਕਾਂ ਨੇ, ਇਹ ਮੁੰਡਿਆਂ ਨੇ। 18 ਸਾਲ ਉਮਰ ਹੈ, ਔਰ ਦੇਖੋ ਪ੍ਰਿੰਸੀਪਲ ਸਰੋਜ ਜੀ ਮੈਡਮ ਨੇ ਵੀ 500 ਰੁਪਇਆ ਪਾਇਆ, ਉਸ ਤੋਂ ਬਾਅਦ ਅਨੁਰਾਧਾ ਜੀ ਨੇ 500 ਰੁਪਇਆ ਪਾਇਆ, ਅਤੇ 50-50 ਰੁਪਏ ਵੀ ਬੱਚਿਆਂ ਨੇ ਪਾਏ ਨੇ, ਜਿਹਦੇ ਨਾਲ ਇੰਨੇ ਜਿਹੜੀ ਇਹਨਾਂ ਦੀ ਡੋਨੇਸ਼ਨ ਬਣ ਗਈ। ਅਤੇ ਤੁਸੀਂ ਦੇਖੋ ਕਿਆ ਬਾਤ ਹੈ ਯਾਰ, ਵੈਰੀ ਗੁੱਡ ਯਾਰ। ਮੇਰੇ ਕੋਲ ਤੁਹਾਨੂੰ ਦੇਣ ਲਈ ਕੋਈ ਅਵਾਰਡ ਤਾਂ ਨਹੀਂ ਹੈਗਾ, ਪਰ ਮੈਂ ਢਿੱਡੋਂ ਦਿਲੋਂ ਦੁਆਵਾਂ ਦੇ ਰਿਹਾ ਤੁਹਾਨੂੰ। ਔਰ ਉਹ ਦੁਆਵਾਂ ਜਿਹੜੀ ਆਹ ਦੇਖੋ ਹੁਣ ਬਾਈ ਜੀ ਵਿਚਾਰੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ, ਜਿਨ੍ਹਾਂ ਦੀ ਤੁਸੀਂ ਸੇਵਾ ਕਰਨ ਆਏ ਹੋ, ਇਹਨਾਂ ਲੋਕਾਂ ਦੇ ਦਿਲੋਂ ਇੰਨੀਆਂ ਢਿੱਡੋਂ ਦੁਆਵਾਂ ਕਿ ਮਹਾਰਾਜ ਤੁਹਾਨੂੰ ਲੰਬੀ ਉਮਰ, ਤੰਦਰੁਸਤੀ ਅਤੇ ਖੁਸ਼ੀਆਂ ਦੇਣ। ਇਸ ਤੋਂ ਵਧੀਆ ਕੰਮ ਦੁਨੀਆ 'ਚ ਕੋਈ ਨਹੀਂ ਹੋ ਸਕਦਾ। ਸਾਰੇ ਧਰਮਾਂ ਤੋਂ ਉੱਪਰ ਹੈ ਇਨਸਾਨੀਅਤ ਦਾ ਧਰਮ। ਇੰਨੀ ਠੰਡ ਦੇ ਵਿੱਚ ਅੱਜ ਹਰ ਬੰਦਾ ਕੰਬਲ 'ਚ ਪਿਆ, ਕੋਈ ਕੌਲਿਆਂ ਦੇ ਸਿਰਾਣੇ ਬੈਠਾ, ਕੋਈ ਹੀਟਰ ਦੇ ਸਿਰਾਣੇ ਬੈਠਾ, ਪਰ ਇੰਨੀ ਠੰਡ 'ਚ ਜੇ ਉਹ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਕਿਸੇ ਹੋਰ ਬਾਰੇ ਸੋਚ ਰਹੇ ਹਾਂ, ਇਹਦਾ ਮਤਲਬ ਤੁਸੀਂ ਇਨਸਾਨ ਹੋ। ਬਹੁਤ ਬਹੁਤ ਸ਼ਾਬਾਸ਼ ਤੁਹਾਨੂੰ। ਜ਼ਿੰਦਗੀ 'ਚ ਵੀ ਹਮੇਸ਼ਾ ਜਦੋਂ ਕਦੀ ਮੌਕਾ ਲੱਗੇ, ਮਹੀਨੇ 'ਚ ਇੱਕ ਵਾਰੀ, ਸਾਲ 'ਚ ਇੱਕ ਵਾਰੀ, ਇਹ ਕੰਮ ਜ਼ਰੂਰ ਕਰਦੇ ਰਹੋ। ਪਲੈਨ ਬਣਾਇਆ ਹਰ ਮਹੀਨੇ ਮਹੀਨੇ ਐਂਡ 'ਚ ਆ ਕੇ ਕਰਕੇ ਜਾਣਾ, ਜਿੰਨਾ ਵੀ ਹੋਵੇ ਸਾਡੇ ਕੋਲ। ਆਓ ਨਾ ਆਓ, ਪਰ 24 ਘੰਟੇ ਦਿਮਾਗ 'ਚ ਇਨਸਾਨੀਅਤ ਵਾੜ ਕੇ ਰੱਖੋ ਕਿ ਕਿਸੇ ਦਾ ਮੌਕਾ ਲੱਗੇ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਨੂੰ ਕਰਨਾ ਤਾਂ ਐਪਰੀਸ਼ੀਏਟ ਕਰਨਾ, ਕਿਸੇ ਨੂੰ ਗਲਤ ਨਹੀਂ ਬੋਲਣਾ। ਗਲਤ ਬੋਲਣ ਦਾ ਹਿਸਾਬ ਕਿਤਾਬ ਲੈਣ ਲਈ ਵਾਹਿਗੁਰੂ ਬੈਠਾ, ਅਸੀਂ ਨਹੀਂ ਹੈਗੇ, ਅਸੀਂ ਸਿਰਫ ਚੰਗਿਆਈ ਫੈਲਾਉਣੀ ਹੈ। ਔਰ ਤੁਸੀਂ ਅੱਜ ਆਇਓ, ਮੇਰੇ ਰੂਹ ਨੂੰ ਬੜੀ ਖੁਸ਼ੀ ਹੈ ਕਿ 18 ਸਾਲ ਦਾ ਨੌਜਵਾਨ ਆਹ ਦੇਖੋ 100-150 ਹਜ਼ਾਰ ਰੁਪਏ ਇਕੱਠੇ ਕਰਕੇ ਅੱਜ ਆਇਆ। ਬੜੀ ਮੇਰੇ ਦਿਲ ਨੂੰ ਖੁਸ਼ੀ। ਮਹਾਰਾਜ ਇਹਨਾਂ ਨੂੰ ਹੋਰ ਤਰੱਕੀਆਂ ਦੇਣ, ਖੁਸ਼ੀਆਂ ਦੇਣ, ਔਰ ਇਹ ਐਂ ਯੂਥ ਸਾਡੀ ਪੰਜਾਬ ਦੀ ਸੇਵਾ ਕਰਦੀ ਰਹੇ ਅਤੇ ਇਨਸਾਨੀਅਤ ਹੈ ਜਿਹੜੀ ਉਹ ਸਪਰੈਡ ਹੋਵੇ। ਥੈਂਕ ਯੂ ਯਾਰ, ਥੈਂਕ ਯੂ ਸੋ ਮਚ, ਥੈਂਕ ਯੂ, ਗੋਡ ਬਲੈਸ ਯੂ ਬ੍ਰਦਰ, ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮਚ, ਗੋਡ ਬਲੈਸ ਯੂ, ਥੈਂਕ ਯੂ।